ਨਿਊਜ਼ੀਲੈਂਡ ਦੇ ਅਖੀਲ ਪੰਜਾਬ ਟੀਵੀ ਅਤੇ ਇੰਡੀਅਨ ਪੰਜਾਬੀ ਨਿਊਜ਼ ਦੇ ਸਾਰੇ ਦਰਸ਼ਕਾਂ, ਪਾਠਕਾਂ ਅਤੇ ਸਰੋਤਿਆਂ ਨੂੰ ਅਵਤਾਰ ਸਿੰਘ ਟਹਿਣਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਦੋਸਤੋ, ਜਿਸ ਤਰ੍ਹਾਂ ਤੁਹਾਨੂੰ ਪਤਾ ਕਿ 21 ਫਰਵਰੀ ਨੂੰ ਕੌਮਾਂਤਰੀ ਮਾਂ ਬੋਲੀ ਦਿਹਾੜਾ ਦੁਨੀਆ ਭਰ 'ਚ ਮਨਾਇਆ ਜਾਂਦਾ ਹੈ। ਇਸ ਦਿਹਾੜੇ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜੀ ਪੰਜਾਬੀ ਦੀ ਕੀ ਸਥਿਤੀ ਹੈ ਉਹਦੇ ਬਾਰੇ ਚਰਚਾ ਕਰਨ ਦੇ ਲਈ ਸਾਡੇ ਨਾਲ ਵਿਦਵਾਨ ਅਤੇ ਕਾਨੂੰਨੀ ਮਾਹਰ ਅਤੇ ਨਾਵਲਕਾਰ ਮਿੱਤਰ ਸੈਨ ਮੀਤ ਜੁੜੇ ਹੋਏ ਨੇ ਅਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਇਸ ਵੇਲੇ ਕਾਨੂੰਨੀ ਪੱਖ ਤੋਂ ਜਿਹੜਾ ਪੰਜਾਬੀ ਦਾ ਪੰਜਾਬ ਦੇ ਵਿੱਚ ਕੀ ਸਥਾਨ ਹੈ। ਸਰ, ਤੁਹਾਡਾ ਸਵਾਗਤ ਹੈ ਇੰਡੀਅਨ ਪੰਜਾਬੀ ਨਿਊਜ਼ 'ਤੇ, ਅਖੀਲਾ ਪੰਜਾਬ ਟੀਵੀ 'ਤੇ। ਧੰਨਵਾਦ ਜੀ, ਤੁਹਾਡੇ ਇਸ ਮਾਧਿਅਮ ਰਾਹੀਂ ਸਾਰੀ ਦੁਨੀਆ 'ਚ ਬੈਠੇ ਪੰਜਾਬੀਆਂ ਨੂੰ ਔਰ ਜੋ ਪ੍ਰੋਗਰਾਮ ਸੁਣ ਰਹੇ ਉਹਨਾਂ ਦਾ ਵੀ ਮੇਰੇ ਵੱਲੋਂ ਸਵਾਗਤ ਹੈ। ਗੁੱਡ ਮਾਰਨਿੰਗ, ਗੁੱਡ ਈਵਨਿੰਗ, ਜੋ ਵੀ ਹੈ ਸਮਾਂ ਉਹਦੇ ਮੁਤਾਬਕ ਮੈਂ ਸਭ ਨਾਲ ਨਮਸਕਾਰ ਕਰਦਾ ਜੀ। ਹਾਂਜੀ ਸਰ, ਤੁਸੀਂ ਤਾਂ ਲੰਬੇ ਸਮੇਂ ਤੋਂ ਲਗਭਗ ਅੱਧੀ ਸਦੀ ਤੋਂ ਤੁਸੀਂ ਸਾਹਿਤ ਦੇ ਨਾਲ ਜੁੜੇ ਰਹੇ ਹੋ ਅਤੇ ਤੁਹਾਡਾ ਕਾਨੂੰਨੀ ਖੇਤਰ ਦੇ ਵਿੱਚ ਵੀ ਤੁਸੀਂ ਬਤੌਰ ਆਫਿਸਰ ਰਿਟਾਇਰ ਹੋਏ ਹੋ ਅਤੇ ਕਾਫੀ ਤੁਹਾਡਾ ਇਸ ਖੇਤਰ ਦੇ ਵਿੱਚ ਤਜਰਬਾ ਹੈ। ਆਮ ਤੌਰ 'ਤੇ ਦੇਖਿਆ ਜਾਂਦਾ ਕਿ ਪੰਜਾਬੀ ਭਾਸ਼ਾ ਆਮ ਤੌਰ 'ਤੇ ਜਿਹੜੀ ਪਰਸੈਪਸ਼ਨ ਬਣੀ ਹੋਈ ਹੈ ਜਾਂ ਜਿਹੜੀ ਧਾਰਨਾ ਬਣੀ ਹੋਈ ਹੈ ਕਿ ਪੰਜਾਬੀ ਨਾਲ ਵਿਤਕਰਾ ਹੋ ਰਿਹਾ ਪੰਜਾਬ ਦੇ ਵਿੱਚ ਕਾਨੂੰਨੀ ਪੱਖ ਤੋਂ ਲੈ ਕੇ, ਅਤੇ ਤੁਹਾਡਾ ਕੀ ਮੰਨਣਾ ਵੀਰ ਕਾਨੂੰਨੀ ਪੱਖ ਤੋਂ ਜੇ ਆਪਾਂ ਗੱਲ ਕਰੀਏ ਤਾਂ ਪੰਜਾਬੀ ਦਾ ਇਸ ਵੇਲੇ ਕੀ ਸਥਾਨ ਹੈ ਪੰਜਾਬ ਦੇ ਵਿੱਚ? ਇਹ ਗੱਲ ਬਿਲਕੁਲ ਸਹੀ ਹੈ ਵੀ ਪੰਜਾਬੀ ਹੈ ਜਿਹੜੀ ਉਹ ਪੰਜਾਬ ਦੇ ਵਿੱਚੋਂ ਅਲੋਪ ਹੋ ਰਹੀ ਹੈ। ਹਾਂਜੀ, ਔਰ ਇਹ ਵੀ ਸਹੀ ਹੈ ਵੀ ਇਸ ਨੂੰ ਅਲੋਪ ਕਰਨ ਲਈ ਜਿਹੜੀਆਂ ਹਰ ਸਮੇਂ ਦੀ ਸਰਕਾਰ ਹੈ, 50-52 ਸਾਲ ਹੋ ਗਏ ਪੰਜਾਬੀ ਸੂਬਾ ਬਣੇ ਨੂੰ, ਹਾਂਜੀ, ਉਸ ਨੇ ਪੰਜਾਬੀ ਦੀ ਤਰੱਕੀ ਦੀ ਥਾਂ ਸਰਕਾਰਾਂ ਨੇ ਪੰਜਾਬੀ ਨੂੰ ਢਾਹ ਲਾਉਣ ਦੀ ਜਿਹੜੀ ਹੈਗੀ ਹੈ ਕੋਸ਼ਿਸ਼ ਕੀਤੀ ਹੈ। ਹਾਂਜੀ, ਔਰ ਉਹਦੇ ਪਿੱਛੇ ਜਿਹੜੀ ਰਾਜ ਭਾਸ਼ਾ ਜਦੋਂ ਪੰਜਾਬੀ ਸੂਬਾ ਬਣਿਆ ਤਾਂ ਪੰਜਾਬੀ ਦੇ ਆਧਾਰ ਤੇ ਅਸੀਂ ਇਹ ਸੂਬਾ ਬਣਾਇਆ ਸੀ, ਤਾਂ ਸਮੇਂ ਦੀਆਂ ਸਰਕਾਰਾਂ ਦਾ ਫਰਜ਼ ਬਣਦਾ ਸੀ ਕਿ ਪੰਜਾਬ ਦੇ ਵਿੱਚ ਪੰਜਾਬੀ ਨੂੰ, ਮਾਂ ਬੋਲੀ ਨੂੰ, ਪੰਜਾਬੀ ਇਹਨੂੰ ਰਾਜ ਭਾਸ਼ਾ ਦਾ ਦਰਜਾ ਦਿੰਦੇ ਤੇ ਰਾਜ ਭਾਸ਼ਾ ਦਾ ਦਰਜਾ ਦੇ ਕੇ ਪੰਜਾਬੀ ਦੀ ਤਰੱਕੀ ਲਈ ਯਤਨ ਕਰਦੇ। ਰਾਜ ਭਾਸ਼ਾ ਦਾ ਦਰਜਾ ਦੇਣ ਲਈ 1967 ਦੇ ਵਿੱਚ ਦਸੰਬਰ 1967 'ਚ ਲਕਸ਼ਮਣ ਸਿੰਘ ਗਿੱਲ ਹੋਰਾਂ ਨੇ ਬੜੀ ਤੇਜ਼ੀ ਨਾਲ ਇਹ ਕਾਨੂੰਨ ਬਣਾਇਆ। ਹਾਂਜੀ, 28 ਜਾਂ 29 ਦਸੰਬਰ ਨੂੰ ਬਣਾਇਆ, 29 ਅਗਲੇ ਦਿਨ ਜਾ ਕੇ ਗਵਰਨਰ ਤੋਂ ਮਨਜ਼ੂਰੀ ਲੈ ਕੇ ਤੇ ਅਗਲੇ ਦਿਨ ਨੋਟੀਫਿਕੇਸ਼ਨ ਜਾਰੀ ਕਰਕੇ ਉਹਨੂੰ ਲਾਗੂ ਕਰਤਾ। ਹਾਂਜੀ, ਇਸੇ ਲਈ ਅਸੀਂ 52 ਸਾਲ ਬਾਅਦ ਵੀ ਸਰਦਾਰ ਲਕਸ਼ਮਣ ਸਿੰਘ ਗਿੱਲ ਹੋਰਾਂ ਨੂੰ ਯਾਦ ਕਰਦੇ ਹਾਂ। ਸਿਰਫ ਪੰਜਾਬੀ ਕਰਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ, ਬਾਕੀ ਕੰਮ ਭੁੱਲ ਗਏ ਵਿੱਚ ਪਤਾ ਨੀ ਕੀ ਕੀਤਾ। ਹਾਂਜੀ, ਉਹ ਕਾਨੂੰਨ ਤਾਂ ਬਣ ਗਿਆ 1967 ਦਾ, ਜਦੋਂ ਕਿ ਰਾਜ ਭਾਸ਼ਾ ਦਾ ਦਰਜਾ ਦਿੱਤਾ ਜਾਂਦਾ ਕਾਨੂੰਨ ਮੁਤਾਬਕ, ਤਾਂ ਉਹਦਾ ਮਤਲਬ ਇਹ ਹੁੰਦਾ ਵੀ ਸਰਕਾਰ ਦੇ ਹਰ ਕੰਮ ਕਾਜ 'ਚ, ਪ੍ਰਸ਼ਾਸਨਿਕ 'ਚ, ਵਿਧਾਨ ਸਭਾ 'ਚ ਜੋ ਕਾਨੂੰਨ ਬਣਦੇ ਆ, ਵਿਧਾਨ ਸਭਾ ਜੋ ਬਹਿਸਾਂ ਵਗੈਰਾ ਹੁੰਦੀਆਂ ਤੇ ਅਦਾਲਤਾਂ 'ਚ, ਇਹ ਸਾਰਿਆਂ ਦੇ ਵਿੱਚ ਜਿਹੜੀ ਰਾਜ ਭਾਸ਼ਾ ਹੈ ਉਹਨੂੰ ਸਥਾਨ ਮਿਲੂਗਾ, ਕੰਮ ਕਾਰ ਆ ਜਿਹੜਾ ਉਹਦੇ ਵਿੱਚ ਬਣੇ ਹੋਏਗਾ। ਇਹ ਕਾਨੂੰਨ 1967 'ਚ ਬਣ ਗਿਆ ਪਰ ਲਾਗੂ ਨਹੀਂ ਹੋਇਆ, ਉਹਦੀਆਂ ਬਹੁਤ ਸਾਰੀਆਂ ਜਿਹੜੀਆਂ ਵਿਵਸਥਾਵਾਂ ਸੀਗੀਆਂ ਉਹ ਸਿਰਫ ਕਾਗਜ਼ੀ ਬਣ ਕੇ ਰਹਿ ਗਈਆਂ ਸੀ। ਫਿਰ 2008 ਦੇ ਵਿੱਚ ਇਹਦੇ ਵਿੱਚ ਪ੍ਰਮੁੱਖ ਸੋਧਾਂ ਹੋਈਆਂ ਇਸ ਕਾਨੂੰਨ 'ਚ, ਉਹਦੇ ਮੁਤਾਬਕ ਜ਼ਿਲ੍ਹਾ ਅਦਾਲਤਾਂ ਦੇ ਵਿੱਚ ਜਿਹੜੀ ਪ੍ਰਕਿਰਿਆ ਕਾਨੂੰਨੀ ਜਿਹਦੇ 'ਚ ਫੈਸਲੇ ਹੁੰਦੇ ਆ, ਜਿਹਦੇ 'ਚ ਆਪਾਂ ਦਾਅਵੇ ਕਰਦੇ ਹਾਂ, ਜਿਹਦੇ 'ਚ ਵਕੀਲ ਬਹਿਸਾਂ ਕਰਦੇ ਆ, ਉਹ ਸਾਰੀ ਕਾਨੂੰਨੀ ਪ੍ਰਕਿਰਿਆ ਨੂੰ ਲਾਜ਼ਮੀ ਕਰ ਦਿੱਤਾ ਗਿਆ ਪੰਜਾਬੀ 'ਚ। ਇਹ ਕਾਨੂੰਨ 5 ਨਵੰਬਰ ਅਦਾਲਤਾਂ ਵਾਲਾ ਬਣਿਆ ਸੀ, ਇਹ 5 ਨਵੰਬਰ 2008 ਨੂੰ ਵਾਲਾ ਲਾਗੂ ਹੋਇਆ, ਅਦਾਲਤਾਂ ਵਾਲਾ 5 ਨਵੰਬਰ 2008 ਨੂੰ। 6 ਮਹੀਨੇ ਇਸ ਲਈ ਲਏ ਗਏ, ਕਾਨੂੰਨ ਕੀ ਲਿਖਿਆ ਗਿਆ ਸੀਗਾ
ਵੀ ਤਾਂ ਜੋ ਇਨਫਰਾਸਟ੍ਰਕਚਰ ਹੈ ਜਿਹੜਾ ਅਦਾਲਤਾਂ ਨੂੰ ਉਹਦੇ ਵਿੱਚ ਜਿਹੜਾ ਸਟਾਫ ਹੈ ਕੰਪਿਊਟਰ ਨੇ ਸੋਫਟਵੇਅਰ ਵਗੈਰਾ ਉਹ 6 ਮਹੀਨਿਆਂ ਤੱਕ ਸਰਕਾਰ ਪ੍ਰਬੰਧ ਕਰੂ। 5 ਨਵੰਬਰ 2008 ਤੋਂ ਇਹ ਲਾਗੂ ਹੈ। ਤੇ ਸਰ ਇੱਕ ਮੈਂ ਬਹੁਤ ਵਧੀਆ ਇੱਕ ਸੋਧ ਸੀਗੀ ਜਿਹਦੇ ਨਾਲ ਲੋਕਾਂ ਨੂੰ ਜਿਹੜਾ ਇਨਸਾਫ਼ ਹੈ ਉਹ ਆਪਣੀ ਮਾਤ ਭਾਸ਼ਾ 'ਚ ਮਿਲਣ ਲੱਗ ਜੂ। ਹੁਣ ਤੁਸੀਂ ਵੀ ਤਜਰਬੇਕਾਰ ਹੋ, ਮੈਂ ਲਖਨਊ 'ਚ ਰਿਹਾ, ਜਿਹੜੇ ਪੰਜਾਬੀ ਇੰਗਲਿਸ਼ ਦੇ ਪ੍ਰੋਫੈਸਰ ਵੀ ਨੇ, ਜੇ ਉਹਨਾਂ ਨੇ ਕੋਈ ਫੈਸਲਾ ਆਪਣੇ ਤੌਰ ਤੇ ਹੋਇਆ ਹੁੰਦਾ ਉਹ ਵੀ ਚੱਕੀ ਫਿਰਦੇ ਹੁੰਦੇ ਆ ਫੈਸਲੇ, ਸਾਨੂੰ ਦੱਸਿਓ ਇਹਦੇ 'ਚ ਹੈ ਕੀ। ਤੇ ਸਰ ਮੈਂ ਇੱਕ ਮਾਤ ਭਾਸ਼ਾ 'ਚ ਹੋਵੇ ਸਰ, ਇਸ ਵੇਲੇ ਜਿਹੜਾ ਹੈਗਾ ਜਿਹੜੀ ਬਹਿਸ ਹੁੰਦੀ ਹੈ ਅਦਾਲਤਾਂ ਦੇ ਵਿੱਚ, ਜਿਹੜੇ ਵਕੀਲ ਜਾਂ ਜਿਹੜੇ ਫੈਸਲੇ ਲਿਖੇ ਜਾਂਦੇ ਸਟੈਨੋ ਵੱਲੋਂ, ਕੀ ਇਹ ਹੁਣ ਸਾਰਾ ਪ੍ਰੋਸੈਸ ਪੰਜਾਬੀ ਦੇ ਵਿੱਚ ਹੋ ਗਿਆ ਇਸ ਵੇਲੇ? ਨਹੀਂ ਜੀ, ਇਹੀ ਮੈਂ ਦੱਸਣ ਲੱਗਾ, ਇਹ ਹਾਲੇ ਕਿਉਂਕਿ ਅਸੀਂ ਅੰਗਰੇਜ਼ਾਂ ਦੇ ਗੁਲਾਮ ਹਾਂ, ਗੁਲਾਮੀ ਹਾਲੇ ਅੰਗਰੇਜ਼ੀ ਛੱਡੀ ਨਹੀਂ। ਹਾਂਜੀ, ਅੰਗਰੇਜ਼ਾਂ ਨੇ ਆਪਣੀ ਮਾਤ ਭਾਸ਼ਾ ਨੂੰ ਤਰਜੀਹ ਦਿੱਤੀ ਸੀ, ਜਦੋਂ ਸਾਰੇ ਕਾਨੂੰਨ ਅੰਗਰੇਜ਼ਾਂ ਨੇ ਆਪਣੀ ਮਾਤ ਭਾਸ਼ਾ ਅੰਗਰੇਜ਼ੀ 'ਚ ਬਣਾਏ, ਜਿਹੜੇ ਫੈਸਲੇ ਸੀ ਉਹ ਅੰਗਰੇਜ਼ੀ 'ਚ ਆਉਂਦੇ ਸੀ, ਅਸੀਂ ਉਲਟਾ ਉਹਨਾਂ ਦੀ ਮਾਤ ਭਾਸ਼ਾ ਨੂੰ ਅੱਜ ਤੱਕ 72 ਸਾਲ ਯਾਦ ਹੋ ਕੇ ਵੀ ਅਸੀਂ ਅਪਣਾ ਰੱਖਿਆ। ਜਿਹੜੀ ਕਾਨੂੰਨੀ ਪ੍ਰਕਿਰਿਆ ਹੈ ਉਹ ਸਾਰੀ ਅੰਗਰੇਜ਼ੀ 'ਚ ਹੁੰਦੀ ਹੈ, ਅਕਾਲੀ ਸਰਕਾਰ ਵੀ ਰਹੀ ਹੈ, ਕਾਂਗਰਸ ਸਰਕਾਰ ਦਾ ਵੀ ਰਾਜਭਾਗ ਚੱਲ ਰਿਹਾ, ਤੇ ਫਿਰ ਕਮੀ ਕਿੱਥੇ, ਕਿਹਨੇ ਇਹ ਚੀਜ਼ ਲਾਗੂ ਕਰਨੀ ਸੀ ਤੇ ਕਿਉਂ ਨੀ ਕੀਤੀ ਹੁਣ ਤੱਕ? ਹਾਂਜੀ, ਉਹੀ ਕਮੀ ਵੱਲ ਮੈਂ ਆ ਰਿਹਾ ਸੀਗਾ। 2009 ਦੇ ਵਿੱਚ, ਕਿਉਂਕਿ ਨਵੰਬਰ 'ਚ ਲੱਗਿਆ ਤੇ ਦਸੰਬਰ ਦੇ ਵਿੱਚ ਹੀ 2009 'ਚ ਹੀ ਹਾਈਕੋਰਟ ਨੇ ਕਿਹਾ ਵੀ ਸਾਨੂੰ ਵੈਲਕਮ ਕਰਦੇ ਹਾਂ, ਅਸੀਂ ਹਾਈਕੋਰਟ 'ਚ ਫੈਸਲੇ ਲਾਗੂ ਕਰਦੇ ਹਾਂ ਜ਼ਿਲ੍ਹਾ ਅਦਾਲਤਾਂ 'ਚ, ਪਰ ਸਾਨੂੰ ਸਟਾਫ ਚਾਹੀਦੇ, ਹਾਂਜੀ, ਪੰਜਾਬੀ 'ਚ ਕਰਨ ਲਈ ਸਟੈਨੋਗ੍ਰਾਫਰ ਚਾਹੀਦੇ ਸੀ ਬਾਹਰ, ਬਿਲਕੁਲ ਜੀ, ਪੰਜਾਬੀ ਦੇ ਵਿੱਚ ਕਰਨ ਲਈ ਜੱਜਮੈਂਟ ਰਾਈਟਰ ਚਾਹੀਦੇ ਸੀਗੇ। ਜੱਜਮੈਂਟ ਰਾਈਟਰ ਹੁੰਦੇ ਆ ਕਿਉਂਕਿ ਆਮ ਲੋਕਾਂ ਨੂੰ ਪਤਾ ਨਹੀਂ, ਜੱਜ ਕੋਲ ਇੱਕ ਸਪੈਸ਼ਲ ਸਟੈਨੋ ਹੁੰਦਾ ਜਿਹੜਾ ਇਕੱਲੇ ਫੈਸਲੇ ਲਿਖਦਾ, ਠੀਕ ਹੈ ਜੀ, ਡਿਕਟੇਟ ਕਰੀ ਜਾਂਦੇ ਆ ਫੈਸਲਾ ਤਾਂ ਕੰਮ ਨਾ ਕਰੇ। ਹਾਂਜੀ, ਜਿਹੜਾ ਜਨਰਲ ਸਟੈਨੋ ਹੁੰਦਾ ਬਾਹਰਲੇ ਕੰਮ, ਚਿੱਠੀ ਪੱਤਰ, ਅਦਾਲਤ ਦੀ ਜਿਹੜੀ ਬਹਿਸ ਵਗੈਰਾ ਹੁੰਦੀ ਹੈ, ਹੋਰ ਬਿਲਕੁਲ, ਹਾਂਜੀ, ਇੱਕ ਜੱਜਮੈਂਟ ਰਾਈਟਰ ਉਹਨਾਂ ਨੇ ਮੰਗਿਆ, ਸਟੈਨੋਗ੍ਰਾਫਰ ਮੰਗੇ, ਫਿਰ ਟਰਾਂਸਲੇਟਰ ਮੰਗੇ, ਤਿੰਨ ਪੋਸਟਾਂ ਉਹਨਾਂ ਨੇ ਮੰਗੀਆਂ। ਹਾਂਜੀ, ਉਹਨਾਂ ਨੇ ਕਿਹਾ ਵੀ ਹਰ ਅਦਾਲਤ ਸਾਨੂੰ 3 ਬੰਦੇ ਚਾਹੀਦੇ ਆ, ਕਿਉਂਕਿ ਪੰਜਾਬੀ 'ਚ ਟਾਈਪ ਵੀ ਕਰਨਾ, ਪੰਜਾਬੀ ਦੇ ਫੈਸਲੇ ਵੀ ਲਿਖਣੇ ਆ, ਪੰਜਾਬੀ ਦੇ ਵਿੱਚ ਅਸੀਂ ਅਨੁਵਾਦ ਵੀ ਕਰਨੇ ਆ ਪੰਜਾਬੀ 'ਚ। ਤੇ ਇਹਦੇ ਵਿੱਚ ਸਰ ਮੰਗ ਕਿੱਥੇ ਕਿ ਸਰ ਖੜ ਗੱਲ 2009, ਹਾਂਜੀ ਹਾਂਜੀ, ਇਹ ਹੁਣ ਕਿੱਥੇ ਕਿ ਗੱਲ ਖੜੀ ਹੈ, ਮਤਲਬ 2009 ਤੋਂ ਲੈ ਕੇ, ਹਾਂਜੀ 2009 ਤੋਂ ਲੈ ਕੇ ਅੱਜ ਤੱਕ 12 ਸਾਲ 'ਚ ਗਵਰਨਮੈਂਟ ਹੈ ਜਿਹੜੀ, ਉਹਨਾਂ ਨੇ ਬਕਾਇਦਾ ਡਾਟਾ ਦਿੱਤਾ, ਉਹਨਾਂ ਨੇ ਬਕਾਇਦਾ ਸਕੇਲ ਲੈ ਕੇ ਚਿੱਠੀ ਪੱਤਰ ਕੀਤੇ, ਉਹ ਸਾਰੇ ਕੋਲ ਸਾਡੇ ਕੋਲ ਇੱਥੇ ਮੇਰੇ ਕੋਲ ਹੈਗੀ ਆ ਉਹਦੀ ਕਾਪੀਆਂ। ਹਾਂਜੀ, 2000 ਉਹਨਾਂ ਨੇ 1479 1479 ਮੁਲਾਜ਼ਮਾਂ ਦੀ ਮੰਗ ਕੀਤੀ, ਇੰਨੀਆਂ ਅਦਾਲਤਾਂ ਨੇ ਸਾਨੂੰ ਦਿਓ ਇੰਨਾ ਬਜਟ ਆ। ਹਾਂਜੀ, ਗੌਰਮੈਂਟ ਉਹਨੂੰ ਟਾਲਦੀ ਆ ਰਹੀ ਹੈ 12 ਸਾਲ ਹੋ ਗਏ, ਉਹ ਸਟਾਫ ਨਾ ਦੇਣ ਕਾਰਨ ਅਦਾਲਤਾਂ ਦੇ ਵਿੱਚ ਪੰਜਾਬੀ ਲਾਗੂ ਨਹੀਂ ਹੋ ਰਹੀ। ਹੁਣ ਅਸੀਂ ਇਹ ਸਾਰੀਆਂ ਮੰਗਾਂ ਉਠਾਈਆਂ ਨੇ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰੇ ਵੱਲੋਂ, ਹਾਂਜੀ, ਇਹ ਭਰਤੀ ਕਰਕੇ ਦਿਓ, ਇਹਦੇ ਨਾਲ ਇੱਕ ਤਾਂ ਇੰਪਲਾਇਮੈਂਟ ਜਨਰੇਟ ਹੁੰਦੀ ਹੈ, ਜਿਹਦੇ ਅਸੀਂ ਕਹਿੰਦੇ ਹਾਂ ਵੀ ਪੰਜਾਬੀ ਭਾਸ਼ਾ ਜਿਹੜੀ ਉਹਦਾ ਅਲੋਪ ਹੋ ਰਹੀ ਆ, ਅਲੋਪ ਹੋ ਰਹੀ ਹੈ ਵੀ ਇਹ ਰੁਜ਼ਗਾਰ ਨਹੀਂ ਦਿੰਦੀ, ਹਾਂਜੀ, ਕੋਈ ਵੀ ਜਿਹੜਾ ਰੁਜ਼ਗਾਰ ਹੈ ਤੁਹਾਨੂੰ ਮਿਲਦਾ ਨਹੀਂ, ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਰੁਜ਼ਗਾਰ ਜੇ 1700 ਬੰਦਾ ਭਰਤੀ ਹੋ ਜਾਂਦਾ ਹੈ ਤਾਂ ਉਹਦੇ ਨਾਲ ਲੱਖਾਂ ਬੰਦਿਆਂ ਨੂੰ ਭਰਤੀ, ਉਹਦੇ ਨਾਲ ਪੰਜਾਬੀ ਪੜ੍ਹਿਆਂ ਨੂੰ ਰੁਜ਼ਗਾਰ ਮਿਲੂਗਾ। ਬਿਲਕੁਲ, ਅਦਾਲਤ ਦੇ ਵਿੱਚ ਨਹੀਂ ਸਰਨਾ, ਬਾਹਰ ਵਕੀਲਾਂ ਨੂੰ ਵੀ ਟਰਾਂਸਲੇਟਰ ਚਾਹੀਦੇ, ਬਾਹਰ ਫਿਰ ਸੋਫਟਵੇਅਰ ਐਡਮਿਸ਼ਨਾਂ ਸਾਰਾ ਇੱਕ ਸਰਕਲ ਚੱਲੂਗਾ, ਲੱਖਾਂ ਬੰਦਿਆਂ ਦੀ ਭਰਤੀ ਹੁੰਦੀ ਹੈ ਪਰ ਨਾਲ ਇਨਸਾਫ਼ ਮਿਲਦਾ,
ਇੱਕ ਬੜਾ ਵੱਡਾ ਫਾਇਦਾ ਅਸੀਂ ਕਹਿੰਦੇ ਪੰਜਾਬ ਪਰਿਵਾਰ ਚੋਂ ਪੰਜਾਬੀ ਚੱਲੀ ਹੈ। ਜੇ ਇੱਕ ਵਕੀਲ ਹੁਣ ਬਹੁਤ ਸਾਰੇ ਵਕੀਲ ਖਾਸ ਕਰ ਜਿਹੜੇ ਪੇਂਡੂ ਬੈਕਗ੍ਰਾਉਂਡ ਦੇ ਆ, ਖੁਸ਼ੀ ਹੁੰਦੀ ਹੈ ਮਨ ਤੇ, ਇੱਛਾ ਹੁੰਦੀ ਹੈ ਕਿ ਮੈਂ ਵਕੀਲ ਬਣ ਜਾ। ਵਕੀਲ ਜਦੋਂ ਬਣ ਕੇ ਆ ਜਾਂਦਾ ਪੰਜਾਬੀ ਬੈਕਗ੍ਰਾਉਂਡ ਦਾ, ਉਹ ਅੰਗਰੇਜ਼ੀ ਨੂੰ ਬੋਲਣ ਚ ਮਹਾਰਤ ਨਹੀਂ ਹੁੰਦੀ, ਉਹ ਮਾਰ ਖਾ ਜਾਂਦਾ, ਸੈਕੰਡ ਕਲਾਸ ਵਕੀਲ ਬਣ ਜਾਂਦਾ। ਉਹ ਚ ਮੈਂ ਵੀ ਇੱਕ ਉਦਾਹਰਨ ਆ ਖੁਦ, ਬਿਲਕੁਲ ਮੈਨੂੰ ਵਧੀਆ ਅੰਗਰੇਜ਼ੀ ਬੋਲਣੀ ਕਦੇ ਵੀ ਨਹੀਂ ਆਈ। ਤੀਜਾ ਹੋਇਆ ਵੀ ਅਸੀਂ ਪੰਜਾਬ ਯੂਨੀਵਰਸਿਟੀ ਚੋਂ ਲਾਅ ਡਿਪਾਰਟਮੈਂਟ ਚੋਂ ਸੈਕੰਡ ਪੋਜੀਸ਼ਨ ਲੈ ਕੇ ਵੀ ਅਸੀਂ ਓਨੇ ਵਧੀਆ ਵਕੀਲ ਨਹੀਂ ਬਣ ਸਕੇ। ਜੇ ਇਹ ਲਾਗੂ ਹੁੰਦਾ ਤਾਂ ਵਕੀਲਾਂ ਨੂੰ ਆਪਣੀ ਮਾਤ ਭਾਸ਼ਾ ਚ ਬਹਿਸ ਕਰਨ ਦਾ, ਆਪਣੀ ਲਿਆਕਤ ਦਿਖਾਉਣ ਦਾ ਮੌਕਾ ਮਿਲਦਾ। ਇੱਕ ਵਧੀਆ ਵਕੀਲ, ਕਾਮਯਾਬ ਵਕੀਲ ਪੰਜਾਬੀ ਪੜ੍ਹ ਕੇ ਬਣ ਜੇ, ਇੱਕ ਵਧੀਆ ਜੱਜ ਬਣ ਜਾਵੇ, ਉਹਦਾ ਪਰਿਵਾਰ ਚ ਵੀ ਵਧੂਗਾ ਸਤਿਕਾਰ ਵੀ, ਪੰਜਾਬੀ ਪੰਜਾਬੀ ਲੋਕ ਭੁੱਲ ਜਾਣਗੇ। ਤੇ ਸਰ ਵਕੀਲ ਬਹੁਤ ਵੱਡਾ ਹੈ, ਬਹੁਤ ਵਧੀਆ ਪੈਸਾ ਕਮਾਉਂਦਾ। ਇਸ ਤਰ੍ਹਾਂ ਨਾਲ ਨਾ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਲਾਗੂ ਹੋਣ ਨਾਲ ਸਰਕਾਰ ਚ ਵੀ, ਪਰਿਵਾਰ ਚ ਵੀ, ਵਪਾਰ ਚ ਵੀ ਵਾਧਾ ਹੋਣ ਵਾਲਾ, ਜਿਹੜਾ ਸਰਕਾਰ ਨੇ ਕਰਦੀ ਨੀ। ਅਸੀਂ ਇਹ ਰਿਕਟ ਵੀ ਕੀਤੀ ਹੋਈ ਹੈ, ਇੱਕ ਮੈਂ ਤੇ ਹਰੀਚੰਦ ਅਰੋੜਾ ਜੀ ਨੇ ਸਾਂਝੀ ਰਿਕਟ ਅਸੀਂ ਕੀਤੀ ਹੈ, ਇਹ ਵਿਵਸਥਾ ਲਾਗੂ ਕਰੋ। ਇਸ ਤਰ੍ਹਾਂ ਦੇ ਜਿਹੜੇ ਮੁੱਦੇ ਹੈ, ਅਦਾਲਤਾਂ ਦਾ ਮੁੱਦਾ, ਇੱਕ ਕਾਨੂੰਨ ਹੈ ਪੰਜਾਬੀ ਦੇ ਵਿੱਚ ਅਨੁਵਾਦ ਹੋਣ ਲਈ ਕਮਿਸ਼ਨ ਬਣਿਆ ਹੋਇਆ 1970 ਤੋਂ, ਸਾਰੀਆਂ ਸਟੇਟਾਂ ਚ ਬਣਿਆ ਹੋਇਆ। ਵੱਡੀ ਗੱਲ ਇਹ ਹੈ ਵੀ ਉਹਦਾ ਜਿਹੜਾ ਖਰਚਾ ਹੈ ਉਸ ਕਮਿਸ਼ਨ ਦਾ, ਉਹ ਸਾਰਾ ਕਾਨੂੰਨ ਨੂੰ ਅਨੁਵਾਦ ਕਰਨ ਦਾ, ਕਾਨੂੰਨ ਦੀ ਪਬਲੀਕੇਸ਼ਨ ਦਾ, ਕਾਨੂੰਨ ਦੀ ਪ੍ਰਿੰਟਿੰਗ ਦਾ, ਉਹ ਸਾਰਾ ਖਰਚਾ ਕੇਂਦਰ ਸਰਕਾਰ ਦਿੰਦੀ ਹੈ। ਪੰਜਾਬ ਸਰਕਾਰ ਕਹਿੰਦੀ ਹੈ ਵੀ ਸਾਡੇ ਕੋਲ ਫੰਡ ਨਹੀਂ। ਜਿਹੜੀਆਂ ਸਟੇਟਾਂ ਨੇ, ਕੇਰਲਾ ਵਰਗੀਆਂ, ਤਾਮਿਲਨਾਡੂ ਵਰਗੀਆਂ, ਉਹਨਾਂ ਨੇ ਸਾਰਾ ਕਾਨੂੰਨ ਅਨੁਵਾਦ ਕਰ ਲਿਆ ਤੇ ਅਸੀਂ ਹਲੇ ਪੂਣੀ ਵੀ ਨਹੀਂ ਕੱਟੀ। ਸਾਡਾ ਕਮਿਸ਼ਨ ਦਾ ਲਾਸਟ ਮੈਂਬਰ ਪਿਛਲੇ ਸਾਲ 1 ਨਵੰਬਰ ਨੂੰ ਰਿਟਾਇਰ ਹੋ ਗਿਆ, ਸਾਡੇ ਕਮਿਸ਼ਨ ਦੀ ਕੋਈ ਮੈਂਬਰ ਹੀ ਹੈ ਨੀ। ਤਿੰਨ ਮੁਲਾਜ਼ਮ ਸੀ ਲਾਸਟ, ਇੱਕ ਸਟੈਨੋ, ਇੱਕ ਰਿਸਰਚ ਅਸਿਸਟੈਂਟ, ਇੱਕ ਚੌਕੀਦਾਰ, ਉਹ ਪਤਾ ਨੀ ਕਿੱਥੇ ਕਿੱਧਰ ਐਡਜਸਟ ਕਰਦੇ। ਕਾਨੂੰਨ ਸਾਡਾ ਅਨੁਵਾਦ ਨਹੀਂ ਹੋ ਰਿਹਾ। ਕਾਨੂੰਨ ਸਰ ਇਹਦੇ ਵਿੱਚ ਜਿਹੜੇ ਤੋਂ ਹੁਣ ਤੱਕ ਜੋ ਲੱਗਿਆ ਮੈਨੂੰ, ਤੁਸੀਂ ਜਿਹੜੀ ਗੱਲ ਕਹੀ ਹੈ ਵੀ ਹਾਲਾਂਕਿ 2000 ਪਹਿਲਾਂ ਵੀ 67 ਦੇ ਵਿੱਚ ਕਾਨੂੰਨ ਬਣਿਆ ਅਤੇ ਫਿਰ 2008 ਦੇ ਵਿੱਚ ਵੀ ਉਹਦੇ ਵਿੱਚ ਸੋਧ ਹੋਈ ਹੈ, ਅਤੇ ਜੇ ਹੁਣ ਤੱਕ ਇੰਪਲੀਮੈਂਟ ਨਹੀਂ ਹੋਇਆ, ਜੇ ਇਹ ਕਾਨੂੰਨ ਨਹੀਂ ਲਾਗੂ ਹੋਇਆ, ਤਾਂ ਇਹਦੇ ਲਈ ਜਿਹੜੀਆਂ ਸਾਡੀਆਂ ਸਰਕਾਰਾਂ, ਖਾਸ ਤੌਰ 'ਤੇ ਅਕਾਲੀ ਦਲ ਅਤੇ ਜਿਹੜੀ ਕਾਂਗਰਸ ਆ, ਇਹ ਜ਼ਿੰਮੇਵਾਰ ਹੈ। ਹਾਂਜੀ ਬਿਲਕੁਲ ਜ਼ਿੰਮੇਵਾਰ ਨੇ, ਇਹੀ ਤਾਂ ਹੈ ਨਾ। ਹਾਂਜੀ ਅੱਛਾ, ਦੂਜਾ ਮੈਂ ਸਮਝਦਾ ਵੀ ਅਸੀਂ ਜਿਹੜੇ ਆਪਣੇ ਆਪ ਨੂੰ ਬੁੱਧੀਜੀਵੀ ਕਹਿੰਦੇ ਆ, ਜੋ ਅਸੀਂ ਪੰਜਾਬੀ ਦੇ ਐਕਟਿਵਿਸਟ ਸਮਝਦੇ ਆ ਆਪਣੇ ਆਪ ਨੂੰ, ਜੋ ਅਸੀਂ ਵੱਡੇ ਵੱਡੇ ਸਨਮਾਨ ਬੜੀ ਖੁਸ਼ੀ ਨਾਲ ਪ੍ਰਾਪਤ ਕਰਦੇ ਹਾਂ, ਹਰ ਸਮਾਗਮ ਚ ਅਸੀਂ ਸਨਮਾਨ ਲੈਣ ਚਲੇ ਜਾਂਦੇ ਹਾਂ, ਸਨਮਾਨ ਸਾਨੂੰ ਇਸ ਲਈ ਮਿਲਦਾ ਵੀ ਅਸੀਂ ਪੰਜਾਬੀ ਦਾ ਬੜਾ ਵਿਕਾਸ ਕੀਤਾ। ਹੁਣ ਜਦੋਂ ਪੰਜਾਬ ਦੇ ਵਿੱਚ ਵੀਕ ਬਣਾਇਆ ਜਾ ਰਿਹਾ ਭਾਸ਼ਾ ਵੀਕ, ਤਾਂ ਉਹਦੇ ਵਿੱਚ ਜਿਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਉਹਦੇ ਤੇ ਲਿਖਿਆ ਹੁੰਦਾ ਜੀ ਵਿਕਾਸ ਚ ਇਹਨਾਂ ਨੇ ਬੜਾ ਯੋਗਦਾਨ ਪਾਇਆ। ਮੈਂ ਇਹ ਪੁੱਛਦਾ ਹੁੰਦਾ ਇਹਨਾਂ ਚ, ਮੈਂ ਮੰਤਰੀ ਜੀ ਨੂੰ ਅਸੀਂ ਮਿਲ ਕੇ ਦੇ ਕੇ ਆਏ ਵੀ ਉਹ ਕਿਹੜੇ ਵਿਕਾਸ ਲਈ ਫਿਰ ਪੰਜਾਬੀ ਇਹਨਾਂ ਨੂੰ ਆਪਾਂ ਸਨਮਾਨ ਦੇ ਰਹੇ ਹਾਂ। ਇਹਨਾਂ ਨੂੰ ਸ਼ਰਮ ਨੀ ਆਉਂਦੀ ਵੀ ਇਹ ਇੱਕ ਪਾਸੇ ਤਾਂ ਉਹੀ ਐਕਟਿਵਿਸਟ ਨਾਰੇ ਲਾਉਂਦੇ ਨੇ ਵੀ ਪੰਜਾਬੀ ਦਾ ਧਾਨ ਹੋ ਰਿਹਾ, ਦੂਜੇ ਪਾਸੇ ਅਸੀਂ ਸਨਮਾਨ ਲੈਣ ਜਾਂਦੇ ਹਾਂ। ਹਾਂਜੀ ਹਾਂਜੀ, ਮਤਲਬ ਏਦਾਂ ਇਹ ਲੋਕ ਜਿਹੜੇ ਸਾਡੇ ਐਕਟਿਵਿਸਟ ਹੈ ਜਾਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਜਾਂ ਸਾਡੀਆਂ ਸਿਆਸੀ ਪਾਰਟੀਆਂ ਨੇ ਜਾਂ ਸਾਡੀਆਂ ਯੂਨੀਵਰਸਿਟੀਆਂ ਨੇ, ਇਹ ਸਾਰੀਆਂ ਜ਼ਿੰਮੇਵਾਰ ਹੈ। ਹਾਂਜੀ, ਜਦੋਂ ਲੋਕ ਮਸਲਾ ਉਠਾਇਆ ਹੀ ਨਹੀਂ, ਬਿਲਕੁਲ ਮਸਲੇ ਦੀ ਸਟੱਡੀ ਨਹੀਂ ਕੀਤੀ। ਮੇਰਾ ਇਹ ਦਾਅਵਾ ਹੈ 2015 ਤੋਂ ਪਹਿਲਾਂ ਕੋਈ ਮੈਨੂੰ ਇਹ ਦੱਸਦੇ ਵੀ ਕਿਸੇ ਵੀ ਕਿਸੇ ਲਿੰਕ ਚ ਕਿਸੇ ਜਿਹੜੀ ਸੰਸਥਾ ਜਿਹੜੀ ਪੰਜਾਬੀ ਦੀ ਲੜਦੀ ਹੈ, ਕਿਸੇ ਵਿਅਕਤੀ ਲਈ ਜਿਹਨੇ ਸੰਸਥਾ ਲਈ ਪੰਜਾਬੀ ਲਈ ਲੜ ਰਿਹਾ, ਇਹਨਾਂ ਨੇ 2015 ਤੱਕ ਇਹ ਮੁੱਦਾ ਕਿਤੇ ਉਠਾਇਆ ਵੀ ਹੋਵੇ, ਪਤਾ ਵੀ ਹੋਵੇ ਅਦਾਲਤਾਂ ਚ ਕਾਨੂੰਨ ਬਣਿਆ ਹੋਇਆ, ਬਿਲਕੁਲ ਨਹੀਂ ਹੋ ਰਿਹਾ। ਸੋ ਕਹਿਣ ਦਾ ਮਤਲਬ ਖੁਦ ਵੀ ਜ਼ਿੰਮੇਵਾਰ ਹਾਂ। ਸੋ
ਕਹਿਣ ਦਾ ਮਤਲਬ ਜਿਹੜੇ ਸਾਡੇ ਜਿਹੜੇ ਆ ਆਪਾਂ ਕਹਿ ਲਓ ਅਸੀਂ ਦੋਸ਼ ਦੇਣਾ ਜਾਣਦੇ ਹਾਂ ਸਰਕਾਰਾਂ ਨੂੰ, ਪਰ ਉਹਨਾਂ ਤੋਂ ਜਿਹੜੀ ਆਪਣੀ ਗੱਲ ਹੈ ਉਹ ਮੰਗਵਾਉਣ ਦਾ ਜਾਂ ਮਨਵਾਉਣ ਦਾ ਸਾਨੂੰ ਹਜੇ ਵੱਲ ਨਹੀਂ ਆਇਆ, ਕਹਿਣ ਦਾ ਮਤਲਬ ਇਹ ਲੱਗਦਾ। ਅਤੇ ਹਾਂਜੀ, ਅਤੇ ਸਰ ਇਹਦੇ ਵਿੱਚ ਮੈਂ ਹੋਰ ਵੀ ਤੁਹਾਨੂੰ ਇੱਕ ਗੱਲ ਜਿਹੜਾ ਨੁਕਤਾ ਭਾਰਨਾ ਚਾਹੁੰਦਾ ਸੀਗਾ ਵੀ ਆਮ ਤੌਰ 'ਤੇ ਕਿਹਾ ਜਾਂਦਾ ਵੀ ਜਿਹੜੀ ਸਾਡੀ ਜਿਹੜੀ ਗੁਰਮੁਖੀ ਲਿਪੀ ਹੈ ਇਹ ਖਾਸ ਤੌਰ 'ਤੇ ਜਿੰਦਰ ਗੁਰੂ ਗ੍ਰੰਥ ਸਾਹਿਬ ਹੈਗੇ ਹੈ ਜੁਗੋ ਜੁਗੋ ਟਲ, ਅਤੇ ਇਹ ਜਿਹੜੀ ਭਾਸ਼ਾ ਕਦੇ ਵੀ ਮਰਨ ਵਾਲੀ ਨਹੀਂ ਗੀ, ਅਤੇ ਇਹ ਜਿਹੜੀ ਭਾਸ਼ਾ ਜਿਹੜੀ ਇਹਨੂੰ ਧਰਮ ਦੇ ਨਾਲ ਆਪਾਂ ਜਦੋਂ ਜੋੜ ਕੇ ਦੇਖਦੇ ਹਾਂ ਤੁਹਾਨੂੰ ਕਿੰਨਾ ਕੁ ਲੱਗਦਾ ਵੀ ਜਿਹੜਾ ਧਰਮ ਹੈ ਕਿੰਨਾ ਕੁ ਚਿਰ ਬਚਾ ਕੇ ਰੱਖ ਸਕਦਾ ਕਿਸੇ ਭਾਸ਼ਾ ਨੂੰ? ਬਹੁਤ ਵੱਡਾ ਮਸਲਾ ਪੰਜਾਬੀ ਦਾ ਜਿਹੜਾ ਹੈਗਾ ਇਹੀ ਹੈ। ਹਾਂਜੀ, ਇਹਦੇ ਵਿੱਚ ਕੀ ਹੈ, ਜਿੰਨਾ ਚਿਰ ਪੋਲੀਟੀਕਲ ਜਿਹੜੇ ਲੋਕ ਨੇ ਜਾਂ ਸਰਕਾਰ ਕਹਿ ਲਓ, ਜਿੰਨਾ ਚਿਰ ਉਹ ਕਿਸੇ ਭਾਸ਼ਾ ਨੂੰ ਥਾਪੜਾ ਨਹੀਂ ਦਿੰਦੀ, ਉਹਦੀ ਪ੍ਰਮੋਸ਼ਨ ਲਈ ਕੰਮ ਨਹੀਂ ਕਰਦੀ, ਉਹਨਾਂ ਚਿਰ ਕੋਈ ਭਾਸ਼ਾ ਤਰੱਕੀ ਨਹੀਂ ਕਰਦੀ। ਇੱਕ ਸਿੱਧਾ ਜਿਹਾ ਸਿਧਾਂਤ ਹੈ, ਠੀਕ ਹੈ। ਹੁਣ ਸਾਡੇ ਪੰਜਾਬ ਦੀ ਸਮੱਸਿਆ ਹੀ ਇਹੀ ਹੈ ਵੀ 1967 ਤੋਂ ਪਹਿਲਾਂ ਜਦੋਂ ਪੰਜਾਬੀ ਸੂਬੇ ਦੀ ਲੜਾਈ ਲੜੀ ਗਈ ਤਾਂ ਇੱਕ ਸਿੱਖ ਸੰਸਥਾਵਾਂ ਵੱਲੋਂ ਲੜੀ ਗਈ, ਹਾਂਜੀ, ਹਿੰਦੂ ਧਬਕੇ ਨੇ ਉਹਦਾ ਵਿਰੋਧ ਕੀਤਾ। ਉਹਦੇ ਕਾਰਨ ਕੀ ਸੀ ਉਹ ਆਪਾਂ ਨੀ ਜਾਂਦੇ, ਉਹ ਕਾਰਨ ਵੀ ਉਸ ਸਮੇਂ ਦੇ 52 ਸਾਲ ਪਹਿਲਾਂ ਦੀ ਸਥਿਤੀ ਮੁਤਾਬਕ ਕੱਢੀਏ ਤਾਂ ਉਹ ਠੀਕ ਸੀਗੇ। ਹੁਣ 52 ਸਾਲ ਦੇ ਬਾਅਦ ਵੀ ਇਹ ਜਿਹੜਾ ਭੂਤ ਹੈ ਸਿਆਸੀ ਧਿਰਾਂ ਨੂੰ ਖਾ ਰਿਹਾ ਹੈ। ਉਹ ਕਹਿੰਦੇ ਨੇ ਵੀ ਜੇ ਅਸੀਂ ਪੰਜਾਬੀ ਦੀ ਗੱਲ ਕੀਤੀ ਤਾਂ ਹਿੰਦੂ ਵੋਟ ਸਾਡੇ ਤੋਂ ਨਾਰਾਜ਼ ਹੋਊ, ਸਿੱਧੀ ਜੀ ਗੱਲ ਇਹ ਆ। ਜਦੋਂ ਕਿ ਹੁਣ ਸਥਿਤੀ ਹੈ ਜਿਹੜੀ ਟੋਟਲੀ ਬਦਲ ਚੁੱਕੀ ਹੈ, ਹੁਣ ਪੰਜਾਬ ਦਾ ਕੋਈ ਵੀ ਹਿੰਦੂ ਪੰਜਾਬੀ ਵਿਰੋਧੀ ਨਹੀਂ ਹੈ, ਕੋਈ ਸੰਸਥਾ ਪੰਜਾਬੀ ਵਿਰੋਧੀ ਨਹੀਂ ਹੈ, ਕੋਈ ਅਖਬਾਰ ਪੰਜਾਬੀ ਵਿਰੋਧੀ ਨਹੀਂ ਹੈ। ਉਹਦੇ ਲਈ ਮੈਂ ਸੰਸਦ ਆ ਜਿਹੜੇ ਆਪਣੇ 2098 ਦਾ ਡਾਟਾ, 2001 ਦਾ ਡਾਟਾ ਮਰਦਮਸ਼ੁਮਾਰੀ ਜਿਹਨੂੰ ਕਹਿੰਦੇ ਆ, ਤੇ 2011 ਦਾ ਡਾਟਾ, ਇਹ ਮੈਂ 3 ਅਧਿਐਨ ਕੀਤੇ ਨੇ। ਤਿੰਨਾਂ ਦੇ ਵਿੱਚ 2001 ਦੇ ਵਿੱਚ 90% ਤੋਂ ਉੱਪਰ ਹਾਂਜੀ ਪੰਜਾਬੀ ਲੋਕਾਂ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਾਈ ਹੈ। ਹਾਂਜੀ, 91 ਵਾਲੇ ਚ 2001 ਵਾਲੇ ਚ ਥੋੜੀ ਜਿਹੀ ਵਧੀ, ਹਾਂਜੀ। ਹੁਣ ਜਿਹੜਾ 11 ਵਾਲਾ ਇਹਦੇ ਚ 89.8 ਮੈਨੂੰ ਯਾਦ ਹੈ, ਇਹਦਾ ਕਿਉਂਕਿ ਬਹੁਤ ਇੰਪੋਰਟੈਂਟ, 89.8% ਪੰਜਾਬੀ ਦੀ ਵਸੋਂ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਾਈ ਹੈ ਜੀ। ਹਾਂਜੀ, ਠੀਕ ਹੈ। ਹੁਣ ਤੁਸੀਂ ਮੁੱਦਾ ਥੋੜੇ ਜਿਹੇ ਚਾਹੇ ਇੱਕ ਅੱਧਾ ਮਿੰਟ ਵੱਧ ਲੱਗ ਜੇ ਹੋਰ ਗੱਲ ਕਰ ਸਕੇ, ਬਹੁਤ ਇੰਪੋਰਟੈਂਟ ਮੁੱਦਾ। ਹਾਂਜੀ ਹਾਂਜੀ ਹਾਂਜੀ, ਬਿਲਕੁਲ। 11% ਲੋਕ ਰਹਿ ਗਏ ਜਿਹੜੇ ਨੌਨ ਪੰਜਾਬੀ ਆ, ਹਾਂਜੀ, ਉਹ ਕੌਣ ਨੇ ਉਹ ਸਾਨੂੰ ਨਜ਼ਰ ਆਉਂਦੇ ਆ ਜੀ, ਪੰਜਾਬ ਚ ਬੈਠੇ ਭਈਏ ਨੇ, ਬਿਹਾਰ ਦੇ, ਹਾਂਜੀ, ਉੱਤਰ ਪ੍ਰਦੇਸ਼ ਅਰੇ ਉੱਤਰ ਪ੍ਰਦੇਸ਼ ਦੇ, ਹਾਂਜੀ ਹਾਂਜੀ, ਬੰਗਾਲੀ ਹੈ, ਮਦਰਾਸੀ ਹੈ, ਗੁਜਰਾਤੀ ਨੇ, ਸਾਰੀਆਂ ਕੌਮਾਂ ਇੱਥੇ ਬੈਠੀਆਂ। 100% ਹੋ ਵੀ ਨਹੀਂ ਸਕਦਾ ਵੈਸੇ, ਆਰਟੀਕਲ ਚ ਕਿਹਾ ਸੀ, ਹਾਂਜੀ, ਤਾਂ ਵੀ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ, ਇਹਨਾਂ ਦੀ ਐਪਰੀਸ਼ੀਏਟ ਕਰਦੇ ਹਾਂ ਵੀ ਦੂਜੀ ਧਰਤੀ ਤੇ ਆ ਕੇ ਵੀ ਇਹਨਾਂ ਨੇ ਆਪਣੀ ਮਾਤ ਭਾਸ਼ਾ ਲਿਖਾਈ ਹੈ। ਹਾਂਜੀ, ਤੇ ਸਰ ਇਹਦੇ ਵਿੱਚ ਇੱਕ ਨਾਲ ਮੈਂ ਇੱਕ ਹੋਰ ਵੀ, ਹਾਂਜੀ ਸਰ, ਇਹਦੇ ਵਿੱਚ ਮੈਨੂੰ ਪੂਰੀ ਕਰ ਲੈਣੀ, ਬਹੁਤ ਇੰਪੋਰਟੈਂਟ ਗੱਲ ਹੈ। ਹਾਂਜੀ ਸਰ, ਪੂਰੀ ਕਰ ਲੈਣਾ। ਹਾਂਜੀ ਹਾਂਜੀ, ਹੁਣ ਜਿਹੜੇ 89.8 ਲੋਕ ਨੇ ਉਹਦਾ ਪੰਜਾਬ ਦੇ ਜਿਹੜਾ ਸਿੱਖ ਪਾਪੂਲੇਸ਼ਨ ਹੈ, ਹਾਂਜੀ, ਉਹ 54% ਤੋਂ ਲੈ ਕੇ 60% ਤੱਕ ਹੈ ਪੰਜਾਬ, 54 ਤੋਂ 60 ਤੱਕ, ਹਾਂਜੀ। ਉਹ ਵੇਰੀਏਸ਼ਨ ਇਸ ਲਈ ਹੈ ਵੀ ਬਹੁਤ ਸਾਰਾ ਜਿਹੜੀ ਪੰਜਾਬੀ ਦੀ ਪੰਜਾਬੀ ਆ ਉਹ ਮਾਈਗ੍ਰੇਟ ਹੋ ਰਿਹਾ, ਬਿਲਕੁਲ, ਸਿੱਖ ਮਾਈਗ੍ਰੇਟ ਹੋ ਰਹੇ ਆ, ਹਾਂਜੀ, ਬਾਹਰ ਨੂੰ, ਕੈਨੇਡਾ ਵਗੈਰਾ ਨੂੰ। ਹੁਣ ਚਲੋ ਆਪਾਂ ਮੰਨ ਲਓ 60% ਹੈ, ਜੇ 60% ਨੂੰ ਕੱਢ ਦਈਏ ਤਾਂ ਫਿਰ ਜਿਹੜੇ 30% ਨੇ ਉਹ ਕੌਣ ਨੇ? ਹਾਂਜੀ, ਹਿੰਦੂ ਹੀ ਨੇ ਨਾ, ਹਿੰਦੂ ਹਨ, ਹਿੰਦੂ ਮੁਸਲਿਮ ਹੋ ਸਕਦੇ। ਹਾਂਜੀ, ਹਿੰਦੂ ਪੰਜਾਬੀਆਂ ਨੇ ਆਪਣੀ ਮਾਤ ਭਾਸ਼ਾ ਨੂੰ ਲਗਾਤਾਰ 30 ਸਾਲ ਤੋਂ ਪੰਜਾਬੀ ਲਿਖਾਉਂਦੇ ਆ ਰਹੇ ਆ, ਬਿਲਕੁਲ। ਤੇ ਫਿਰ ਕਿਵੇਂ ਕਹੀਏ ਆਪਾਂ, ਭੂਤ ਕਿਉਂ ਸਾਨੂੰ ਖਾਈ ਜਾਂਦਾ? ਬਿਲਕੁਲ ਜੀ, ਹਾਂਜੀ, ਅਸੀਂ ਪੰਜਾਬੀ, ਹਿੰਦੂ ਆ ਜਿਹੜਾ ਪੰਜਾਬੀ ਨਹੀਂ ਹੈ। ਸੋ ਕਹਿਣ ਦਾ ਮਤਲਬ ਇਹ ਸਿਆਸੀ,
ਸੋ ਕਹਿਣ ਦਾ ਮਤਲਬ ਇਹ ਜਿਹੜੀਆਂ ਗੱਲਾਂ ਜਿਹੜੀਆਂ ਪੰਜਾਬੀ ਦੀ ਵੰਡ ਵਾਲੀਆਂ ਜਿਹੜੀਆਂ ਵੀ ਜਿਹੜੀ ਪੰਜਾਬੀ ਭਾਸ਼ਾ ਸਿੱਖਾਂ ਦੀ ਹੈ ਜਾਂ ਹਿੰਦੂਆਂ ਦੀ ਨਹੀਂ, ਇਹ ਸਿਰਫ ਜਿਹੜੀ ਸਿਆਸੀ ਗਲਿਆਰਿਆਂ ਦੇ ਵਿੱਚ ਹੀ ਗੱਲਾਂ ਹੁੰਦੀਆਂ। ਤੇ ਸਰ ਇਹਦੇ ਨਾਲ ਇੱਕ ਹੋਰ ਵੀ ਇੰਪੋਰਟੈਂਟ, ਹਾਂਜੀ ਉੱਥੇ ਫਿਰ ਸਿਆਸੀ ਗਲਿਆਰਿਆਂ ਦਾ ਵੀ ਗੱਲ ਸੁਣ ਲਓ, ਹਾਂਜੀ ਸਿਆਸੀ ਗਲਿਆਰਿਆਂ ਨੂੰ ਵੀ ਇਹ ਗੱਲ ਨੀ ਦੱਸੀ ਗਈ। ਹਾਂਜੀ ਮੈਂ ਹਮੇਸ਼ਾ ਆਪਣੇ ਤੇ ਲੈਣਾ, ਅਸੀਂ ਵੀ ਗਲਤ ਆ, ਮਤਲਬ ਜੋ ਬੁੱਧੀਜੀਵੀ ਕਹਾਉਣੇ ਆ। ਹਾਂਜੀ ਮੈਂ ਤਾਂ ਕਹਿਣਾ ਵੀ ਤੁਸੀਂ ਬੁੱਧੀਜੀਵੀ ਕਹਾਉਣ ਦੇ ਹੱਕਦਾਰੀ ਨੀ, ਬੁੱਧੀਜੀਵੀ ਕੀ ਐਮ ਏ ਪੰਜਾਬੀ ਦੀ ਕਰਨ ਨਾਲ, ਅੰਗਰੇਜ਼ੀ ਦੀ ਕਰਨ ਨਾਲ ਬੁੱਧੀਜੀਵੀ ਥੋੜੀ ਬਣ ਜਾਂਦਾ। ਬੁੱਧੀਜੀਵੀ ਉਹ ਹੁੰਦਾ ਜਿਹੜੀ ਰਿਸਰਚ ਕਰਦਾ, ਖੋਜ ਕਰਦਾ, ਨਵੇਂ ਵਿਚਾਰ ਪੇਸ਼ ਕਰਦਾ। ਬਿਲਕੁਲ ਜੀ, ਤੁਸੀਂ ਤਾਂ ਜਿਹੜੇ ਕੱਢੇ ਹੋਏ ਵਿਚਾਰ ਨੇ ਉਹੀ ਕਰਦੇ, ਉਹੀ ਰੜਕੀ ਜਾਂਦੇ। ਹਾਂਜੀ ਮੈਂ ਅਸੀਂ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰੇ ਵੱਲੋਂ ਅਸੀਂ ਆਮ ਆਦਮੀ ਪਾਰਟੀ ਨੂੰ ਮਿਲ ਕੇ ਸਾਰੇ ਸਮਝਾ ਕੇ ਆਏ ਦੋ ਦੋ ਘੰਟੇ, ਅਸੀਂ ਲੋਕ ਇਨਸਾਫ਼ ਪਾਰਟੀ ਨੂੰ ਮਿਲੇ, ਅਸੀਂ ਅਕਾਲ ਤਖ਼ਤ ਸਾਹਿਬ ਜਾਤੇ ਜਾ ਕੇ ਜਥੇਦਾਰ ਨੂੰ ਗੱਲ ਕੀਤੀ, ਐਸ ਜੀ ਪੀ ਸੀ ਨਾਲ ਗੱਲ ਕੀਤੀ, ਜਾਂ ਪਿੱਛੇ ਚਾਰ ਦਿਨ ਪਹਿਲਾਂ ਹੀ ਅਸੀਂ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਮਿਲ ਕੇ ਆਏ ਹਾਂ, ਸਾਰਿਆਂ ਨੂੰ ਸਮਝਾਇਆ। ਅਗਲੇ ਦਿਨ ਹੀ ਉਹਨਾਂ ਨੇ ਠੋਕ ਕੇ ਬਿਆਨ ਦਿੱਤੇ ਨੇ ਵੀ ਤੁਹਾਡੀਆਂ ਗੱਲਾਂ ਬਹੁਤ ਸਾਰਥਕ ਨੇ, ਅਸੀਂ ਇਹ ਕਮਿਸ਼ਨ ਵੀ ਰਿਵਾਈਵ ਕਰਾਂਗੇ। ਉਹ ਜਿਹੜਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਹੈ, ਇਹ ਛੋਟੀਆਂ ਪੋਸਟਾਂ ਕਲਾਸ 3 ਦੀਆਂ ਪੋਸਟਾਂ, ਉਹਦੇ ਲਈ ਜਿਹੜਾ ਇਮਤਿਹਾਨ ਲੈਂਦਾ ਕੱਲੀ ਅੰਗਰੇਜ਼ੀ ਚ ਲੈਂਦਾ। ਹਾਂਜੀ ਜਿਹੜਾ ਬਿਜਲੀ ਬੋਰਡ ਹੈ ਉਹਦੀਆਂ ਲਾਈਨਮੈਨ ਤੋਂ ਛੱਡ ਕੇ, ਐਲ ਡੀ ਸੀ ਦੀਆਂ ਲੋਐਸਟ ਪੋਸਟਾਂ ਨੂੰ ਛੱਡ ਕੇ, ਜੇ ਯੂ ਡੀ ਸੀ ਹੈ ਜਾਂ ਉਹਦੇ ਵਿੱਚ ਆਡੀਟਰ ਹੈ, ਉਹਦੇ ਵਿੱਚ ਜਿਹੜੇ ਜੂਨੀਅਰ ਇੰਜੀਨੀਅਰ ਹੈ, ਉਹਨਾਂ ਲਈ ਜਿਹੜੇ ਐਗਜ਼ਾਮ ਹੁੰਦੇ ਨੇ ਕੱਲੀ ਪੰਜਾਬ ਅੰਗਰੇਜ਼ੀ ਚ ਹੁੰਦੇ ਨੇ। ਹਾਂਜੀ ਜਦੋਂ ਕਿ ਸਾਰੀਆਂ ਸਟੇਟਾਂ ਨੇ, ਸਾਰੇ ਪਬਲਿਕ ਸਰਵਿਸ ਕਮਿਸ਼ਨ ਨੇ ਜਦੋਂ ਛੋਟੀਆਂ ਪੋਸਟਾਂ ਲਈ ਇਮਤਿਹਾਨ ਲੈਂਦੇ ਨੇ ਤੇ ਨਾਲ ਅੰਗਰੇਜ਼ੀ ਚ ਲੈਂਦੇ ਨੇ, ਹਾਂਜੀ ਨਾਲ ਆਪਦੀ ਮਾਤ ਭਾਸ਼ਾ ਲੈਂਦੇ, ਜੁਆਇੰਟ ਹੁੰਦਾ ਹੈ ਤੇ ਤੁਹਾਡੀ ਆਪਸ਼ਨ ਹੈ। ਸਰ ਇੱਕ ਇਹਦੇ ਨਾਲ ਇੱਕ ਹੋਰ ਉਹਨਾਂ ਨੂੰ ਗੱਲਾਂ ਲਿਆਂਦੀਆਂ, ਹਾਂਜੀ ਵੀ ਤੁਸੀਂ ਪੰਜਾਬੀ ਜਿਹੜੇ ਸਪੀਕਿੰਗ ਵਿਚਾਰੇ ਸਾਡੇ ਪੇਂਡੂ ਭਰਾ ਨੇ, ਇਹਨਾਂ ਨਾਲ ਤੁਸੀਂ ਸਭ ਤੋਂ ਵੱਡਾ ਧੱਕਾ ਕਰ ਰਹੇ ਹੋ ਰਿਹਾ। ਹਾਂਜੀ ਸਾਨੂੰ, ਮੈਨੂੰ ਤਾਂ ਇਹੀ ਦੱਸਦੇ ਨੇ ਵੀ ਸਾਨੂੰ ਸਵਾਲ ਆਉਂਦੇ ਸੀ ਅੰਗਰੇਜ਼ੀ ਸਮਝ ਨਹੀਂ ਆਈ, ਇਸ ਕਰਕੇ ਅਸੀਂ ਉੱਤਰ ਨਹੀਂ ਦੇ ਸਕੇ। ਬਿਲਕੁਲ, ਇਹ ਬਹੁਤ ਵੱਡੀਆਂ ਗੱਲਾਂ ਹੈ ਜਿਹਦੇ ਨਾਲ ਪੰਜਾਬੀ ਨੂੰ ਇੱਦਾਂ ਖੋਰਾ ਲਾ ਰਿਹਾ ਜਾ ਰਿਹਾ। ਔਰ ਜੋ ਰੁਜ਼ਗਾਰ ਦੀ ਭਾਸ਼ਾ ਬਣਨੀ ਚਾਹੀਦੀ ਹੈ, ਪ੍ਰਮੋਟ ਹੋਣੀ ਚਾਹੀਦੀ ਹੈ, ਰੁਜ਼ਗਾਰ ਇਹਨਾਂ ਤੋਂ ਖੋਇਆ ਜਾ ਰਿਹਾ ਜਿਹੜੇ ਅੰਗਰੇਜ਼ੀ ਦੇ ਮਾਹਰ ਬੱਚੇ ਨਹੀਂ ਹੈਗੇ। ਇਹ ਇੱਕ ਵੱਡਾ ਪੁਆਇੰਟ ਸੀ ਜਿਹਦੇ ਨਾਲ ਪੰਜਾਬੀ ਦਾ ਨਿਰਾਦਰ ਹੋ ਰਿਹਾ, ਪੰਜਾਬੀ ਜਾ ਰਹੀ ਹੈ ਪੰਜਾਬ ਤੋਂ। ਇਹ ਸਾਰੇ ਮੁੱਦੇ ਹੈਗੇ, 20 ਮੁੱਦੇ ਅਸੀਂ ਉਠਾਏ ਹੋਏ ਆ। ਸਰ ਅਸੀਂ ਇਹ ਹੈ ਕਿ ਜਿੱਥੇ ਵੀ ਜਾਂਦੇ ਹਾਂ, ਜਿੱਥੇ ਵੀ ਜਾਂਦੇ ਹਾਂ, ਅਕਾਲ ਤਖ਼ਤ ਸਾਹਿਬ ਤੇ ਜਾਂਦੇ ਹਾਂ, ਜਥੇਦਾਰ ਨੇ ਬੜੇ ਧਿਆਨ ਨਾਲ ਸੁਣਿਆ, ਨਾਲ ਦੀ ਨਾਲ ਹੀ ਪ੍ਰੈਸ ਕਾਨਫਰੰਸ ਬਣਾ ਕੇ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਸਰਕਾਰ ਨੂੰ, ਸਰਕਾਰ ਦੇ ਕੰਨ ਖੜੇ ਹੋ ਗਏ ਵੀ ਅਕਾਲ ਤਖ਼ਤ ਇੰਟਰਫੀਅਰ ਕਰ ਗਏ, ਤਾਂ ਇਹ ਵੀਕ ਬਣੇ ਆ, ਤਾਂ ਚੰਨੀ ਸਾਹਿਬ ਜੀ ਸਾਡੇ ਗੱਲ ਕਰਦੇ। ਅਸੀਂ ਖੁਦ ਪੰਜਾਬੀ ਸੁਧਾਰਨ ਬੁੱਧੀਜੀਵੀ, ਅਖੌਤੀ ਬੁੱਧੀਜੀਵੀ ਇੱਕ ਜ਼ਿੰਮੇਵਾਰ ਆ ਪੰਜਾਬੀ ਨੂੰ ਢਾ ਲਾਉਣ ਲਈ, ਤੇ ਅਸੀਂ ਗੱਲ ਤਰਕ ਨਾਲ ਕਰਾਂਗੇ ਨਾ, ਪੰਜਾਬੀ ਦੀ ਤਰੱਕੀ ਹੋਏਗੀ, ਹੋ ਰਹੀ ਆ। ਹਾਂਜੀ ਤੇ ਸਰ ਇੱਕ ਨਾਲ ਇੱਕ ਹੋਰ ਵੀ ਇੰਪੋਰਟੈਂਟ ਨੁਕਤਾ ਜਿਹੜਾ ਹੈਗਾ ਕਾਨੂੰਨੀ, ਤੁਹਾਡੀ ਜ਼ਿਆਦਾ ਪੂਰੀ ਤੁਹਾਨੂੰ ਹੈਗਾ ਜ਼ਿਆਦਾ ਇਸ ਕਾਨੂੰਨੀ ਨੁਕਤੇ, ਤੁਸੀਂ ਜ਼ਿਆਦਾ ਸਪਸ਼ਟ ਕਰ ਸਕਦੇ ਹਾਂ। ਜਿਹੜੇ ਪ੍ਰਾਈਵੇਟ ਸਕੂਲ ਹੈਗੇ ਆ, ਖਾਸ ਤੌਰ 'ਤੇ ਪੰਜਾਬ ਦੇ ਵਿੱਚ ਜਿਹੜੇ CBSE ਕਹਿ ਲਓ ਜਾਂ ICSE ਬੋਰਡ ਦੇ ਨਾਲ ਰਿਲੇਟਡ ਹੈਗੇ ਆ, ਕਿ ਉਹਨਾਂ ਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਦਾ ਹੈਗਾ ਉਹ ਕਿੱਥੋਂ ਕੁ ਤੱਕ ਉਹਨਾਂ ਦੀ ਉੱਥੇ ਕੀ ਸਥਿਤੀ ਹੈ ਜਾਂ ਉਹਨੂੰ ਕਿਵੇਂ ਹੋਰ ਇੰਪਰੂਵ ਕੀਤਾ ਜਾ ਸਕਦਾ? ਹਾਂਜੀ ਉਹਦੇ ਵਿੱਚ ਵੀ ਲਾ ਲਓ ਤੁਸੀਂ, ਹੁਣ ਇਹ ਜਦੋਂ 2008 ਦੇ ਵਿੱਚ ਜਦੋਂ ਰਾਜ ਭਾਸ਼ਾ ਐਕਟ ਦੇ ਵਿੱਚ ਸੋਧ ਹੋਈਆਂ, ਜਿਹਦੀ ਅਦਾਲਤਾਂ ਵਗੈਰਾ 'ਚ ਪੰਜਾਬੀ ਦਾ ਵਿਵਸਥਾ ਕੀਤੀ ਗਈ, ਨਾਲ ਹੀ ਇੱਕ ਹੋਰ ਕਾਨੂੰਨ ਬਣਿਆ, ਹਾਂਜੀ ਉਹਦਾ ਨਾਂ ਅੰਗਰੇਜ਼ੀ ਜੀ ਕਾਨੂੰਨ ਆ, ਉਹਦਾ ਪੰਜਾਬੀ ਅਨੁਵਾਦ ਵੀ ਹੈ ਨਹੀਂ, ਇਹ ਵੀ ਸਾਡਾ ਦੁਖਾਂਤ ਹੈ। ਉਹਦਾ ਨਾਂ ਹੈਗਾ ਦੀ ਲਰਨਿੰਗ ਆਫ ਪੰਜਾਬੀ ਐਂਡ ਅਦਰ ਲੈਂਗੁਏਜ ਐਕਟ 2008 ਕਾਨੂੰਨ ਬਣਿਆ। ਉਹਦੇ ਮੁਤਾਬਕ ਹਰ ਸਕੂਲ 'ਚ ਪੰਜਾਬ ਦੇ ਵਿੱਚ ਪਹਿਲੀ ਤੋਂ ਲੈ ਕੇ 10ਵੀਂ ਤੱਕ ਪੰਜਾਬੀ ਦੀ ਪੜ੍ਹਾਈ ਕਰਨੀ ਜ਼ਰੂਰੀ ਹੈ, ਕੰਪਲਸਰੀ ਸਬਜੈਕਟ। ਹਾਂਜੀ ਨਾਲ ਸ਼ਰਤ ਹੈ ਵੀ ਜਿਹੜਾ ਬੱਚਾ ਇਹਨੂੰ ਇਮਤਿਹਾਨ ਨੂੰ ਪਾਸ ਨਹੀਂ ਕਰੂਗਾ, ਉਸ ਨੂੰ ਕੋਈ ਵੀ ਸੰਸਥਾ ਮਤਲਬ ਮੀਨਸ
ਸੀਬੀਐਸਈ ਜਾਂ ICSE ਬੋਰਡ ਹੈ ਸਰਟੀਫਿਕੇਟ ਨਹੀਂ ਦੇ ਸਕਦਾ 10ਵੀਂ। ਹਾਂਜੀ ਹਾਂਜੀ ਹਾਂਜੀ, ਇਹ ਬੱਚਿਆਂ ਤੇ ਸਖਤੀ ਹੈ, ਨਾਲ ਜੁਰਮਾਨਿਆਂ ਦਾ ਵਿਵਸਥਾ ਹੈ ਵੀ ਇੱਕ ਵਾਰੀ ਪਹਿਲੀ ਵਾਰੀ ਜੇ ਸਕੂਲ ਉਲੰਘਣਾ ਕਰਦਾ 25,000 50,000 ਇੱਦਾਂ ਲੱਖ। ਹਾਂਜੀ ਹਾਂਜੀ, ਅਖੀਰ ਚ ਵੀ ਜੇ ਸਕੂਲ ਨਹੀਂ ਹਟਦਾ 1 ਸਾਲ ਤੱਕ ਉਲੰਘਣਾ ਕਰਦਾ ਪੰਜਾਬੀ ਨਹੀਂ ਪੜ੍ਹਾਉਂਦਾ ਤਾਂ ਉਹਦੀ ਐਫੀਲੀਏਸ਼ਨ ਖਤਮ ਹੋ ਸਕਦੀ। ਤੇ ਇਹ ਸਰ ਹੁਣ ਤੱਕ ਕੋਈ ਸਰ ਇਹਦੇ ਵਿੱਚ ਮੈਂ ਇਹ ਪੁੱਛਣਾ ਚਾਹੁੰਦਾ ਸੀ ਵੀ ਹੁਣ ਤੱਕ ਕੋਈ ਇਸ ਤਰ੍ਹਾਂ ਦਾ ਸਕੂਲ ਹੈ ਵੀ ਜਿਹਨੇ ਇਸ ਜਿਹੜੇ ਕਾਨੂੰਨ ਦੀ ਉਲੰਘਣਾ ਕੀਤੀ ਹੋਵੇ ਤੇ ਉਹ 'ਤੇ ਐਕਸ਼ਨ ਹੋ ਕੇ ਉਹਦੀ ਮਾਨਤਾ ਰੱਦ ਹੋਈ ਹੋਵੇ? ਸੁਣੋ ਸਰ, ਇਹ ਕਾਨੂੰਨ ਵੀ ਬਣਿਆ ਬਣ ਕੇ ਡੱਬੀ ਦੀ ਟੋਕਰੀ ਚਲਾ ਗਿਆ। ਹਾਂਜੀ, ਸਾਡੇ ਕਿਸੇ ਲੇਖ ਵਰਗ ਨੇ, ਕਿਸੇ ਯੂਨੀਵਰਸਿਟੀ ਨੇ, ਕਿਸੇ ਬੁੱਧੀਜੀਵੀ ਨੇ, ਕਿਸੇ ਸਨਮਾਨ ਪ੍ਰਾਪਤ ਕਰਨ ਵਾਲੀ ਹਸਤੀ ਨੇ ਇਹ ਕਾਨੂੰਨ ਦੇਖਿਆ ਹੀ ਨਹੀਂ ਸੀ। ਹਾਂਜੀ, ਇਹ ਵੀ ਮੈਂ ਸੇਵਾ ਕੀਤੀ ਮਾਂ ਬੋਲੀ ਪੰਜਾਬੀ ਦੀ, ਮੇਰਾ ਦਾਅਵਾ ਹੈ। ਹਾਂਜੀ, ਮੇਰਾ ਓਪਨ ਚੈਲੇਂਜ ਹੈ ਵੀ ਮੈਂ 15 ਚ ਗੱਲਾਂ ਉਠਾਉਣੀਆਂ ਸ਼ੁਰੂ ਕੀਤੀਆਂ ਨੇ, ਕਾਨੂੰਨ ਤੋਂ 8 ਸਾਲ ਪਹਿਲਾਂ ਦੇ ਬਣੇ ਹੋਏ ਆ। ਹਾਂਜੀ, ਜੇ ਕਿਸੇ ਭਰਾ ਨੇ ਇਹਨਾਂ ਗੱਲਾਂ ਦਾ ਆਪਣੇ ਕਿਸੇ ਆਰਟੀਕਲ 'ਚ, ਕਿਸੇ ਇੰਟਰਵਿਊ 'ਚ, ਕਿਸੇ ਸਰਕਾਰ ਨੂੰ ਦਿੱਤੇ ਮੀਮੋ 'ਚ ਜ਼ਿਕਰ ਕੀਤਾ ਹੋਵੇ ਤਾਂ ਮੈਂ ਉਹਦੀ ਉਹ ਤੋਂ ਮਾਫ਼ੀ ਵੀ ਮੰਗੂੰਗਾ ਔਰ ਦਾਅਵੇ ਨੂੰ ਵਾਪਸ ਲਊਂਗਾ, ਮੇਰਾ ਦਾਅਵਾ ਹੈ। ਹਾਂਜੀ ਗੱਲ ਹੈ ਸਰ, ਇਹ 2000 ਜਦੋਂ ਕਿਸੇ ਨੇ ਧਿਆਨ ਹੀ ਨਹੀਂ ਲਿਆਂਦਾ। ਹਾਂਜੀ, ਉਹਨਾਂ ਦੱਸਿਆ ਵੀ ਜਿਹੜਾ ਕੇਂਦਰ ਸਰਕਾਰ ਦੀ ਭਾਸ਼ਾ ਨੀਤੀ ਹੈ ਜਿਹੜੀ ਕਿ ਪਠਾਰੀ ਕਮਿਸ਼ਨ ਤੋਂ 1965 ਤੋਂ ਬਣੀ ਹੈ, ਉਹਦੀ 3 ਭਾਸ਼ਾਵਾਂ ਪੜ੍ਹਾਉਣੀਆਂ ਜ਼ਰੂਰੀ ਹੈ ਸਕੂਲਾਂ 'ਚ। ਸੀਬੀਐਸਈ ਨੇ ਵੀ ਧਿਆਨ 'ਚ ਰੱਖਿਆ ਵੀ 3 ਭਾਸ਼ਾਵਾਂ ਪੜ੍ਹਾਉਣੀਆਂ, ਪਰ ਨਾਲ ਉਹਨਾਂ ਨੇ ਕੰਪਲਸਰੀ ਕੀਤਾ ਹੋਇਆ ਵੀ ਅੰਗਰੇਜ਼ੀ ਔਰ ਹਿੰਦੀ ਹੈ ਜਿਹੜੀ ਇਹ ਕੰਪਲਸਰੀ ਤੌਰ 'ਤੇ ਪੜ੍ਹਾਈ ਜਾਊਗੀ। ਹਾਂਜੀ, ਤੀਜੀ ਭਾਸ਼ਾ ਦਾ ਫਾਰਮੂਲਾ ਹੈਗਾ ਵੀ ਤੀਜੀ ਜਿਹੜੀ ਭਾਸ਼ਾ ਹੈਗੀ ਹੈ ਪੰਜਾਬੀ ਪੰਜਾਬ 'ਚ, ਉਹ ਅਡੀਸ਼ਨਲ ਭਾਸ਼ਾ ਦੇ ਤੌਰ 'ਤੇ ਪੜ੍ਹਾਈ ਜਾਊਗੀ। ਅਡੀਸ਼ਨਲ ਦਾ ਮਤਲਬ ਹੈਗਾ ਵੀ ਜਿਹੜੇ ਕੰਪੀਟੀਟਿਵ ਐਗਜ਼ਾਮ ਹੋਣਾ ਉਹਦੇ ਹਿੰਦੀ ਅਤੇ ਅੰਗਰੇਜ਼ੀ ਦੇ ਨੰਬਰ ਲੱਗਣਗੇ, ਜਿਹੜੀ ਅਡੀਸ਼ਨਲ ਭਾਸ਼ਾ ਉਹਦੇ ਨੰਬਰ ਨਹੀਂ ਲੱਗਦੇ। ਹਾਂਜੀ, ਜਦੋਂ ਨੰਬਰ ਨਹੀਂ ਲੱਗਦੇ ਤਾਂ ਉਹਨਾਂ ਨੇ ਪੀਰੀਅਡ ਨਹੀਂ ਦਿੱਤੇ ਹੋਏ। ਤੁਸੀਂ ਜੇ ਨੈੱਟ 'ਤੇ ਕੱਢੋ ਨਾ ਸੀਬੀਐਸਈ ਦਾ ਟਾਈਮ ਟੇਬਲ, ਉਹਦੇ ਵਿੱਚ ਇੰਗਲਿਸ਼ ਨੂੰ 7 ਪੀਰੀਅਡ ਪਰ ਵੀਕ, ਹਿੰਦੀ ਨੂੰ 6 ਪੀਰੀਅਡ ਪਰ ਵੀਕ, ਤੇ ਅਡੀਸ਼ਨਲ ਭਾਸ਼ਾ ਨੂੰ 1 ਵੀ ਸਬਜੈਕਟ ਪੀਰੀਅਡ ਨਹੀਂ ਹੈ। ਜਦੋਂ ਅਸੀਂ ਖੋਜ ਕੀਤੀ ਵੀ ਪਤਾ ਕਰਿਆ ਸਕੂਲਾਂ 'ਚ, ਉਹ ਕਹਿੰਦੇ ਜੀ ਤਾਂ ਵੀ ਅਸੀਂ ਸੈਚਰਡੇ ਨੂੰ ਜਿਹੜੀ ਕੋ ਕਰਿਕੁਲਰ ਐਕਟੀਵਿਟੀ ਹੁੰਦੀ ਹੈ ਉਹਦੇ ਵਿੱਚ ਲੈ ਦਿੰਦੇ ਹਾਂ, ਪੜ੍ਹਾ ਦਿੰਦੇ ਹਾਂ, ਮਾੜਾ ਮੋਟਾ ਪਾਸ ਹੀ ਕਰਨਾ ਬੱਚਿਆਂ, ਉਹ ਸੀਗਾ। ਹੁਣ ਅਸੀਂ ਜਦੋਂ ਲੜਨਾ ਸ਼ੁਰੂ ਕੀਤਾ ਤਾਂ ਗੌਰਮੈਂਟ ਤੋਂ ਅਸੀਂ ਰੀਸੈਂਟਲੀ ਕਾਨੂੰਨ ਨੂੰ ਰੈਫਰ ਕਰਕੇ ਚਿੱਠੀਆਂ ਲਿਖ ਲਿਖ, ਹੁਣ ਗੌਰਮੈਂਟ ਨੇ ਪਿਛਲੇ ਸਾਲ 18 ਤੋਂ ਆਰਡਰ ਕੱਢੇ ਹੈ ਸੀਬੀਐਸਈ ਨੂੰ, ICSE ਬੋਰਡਾਂ ਨੂੰ, ਤੁਸੀਂ ਇਹ ਕਾਨੂੰਨ ਦੀਆਂ ਵਿਵਸਥਾਵਾਂ ਨੂੰ ਲਾਗੂ ਕਰੋ, ਨਹੀਂ ਅਸੀਂ ਤੁਹਾਨੂੰ ਸਰਟੀਫਿਕੇਟ ਨਹੀਂ ਜਾਰੀ ਹੋਣ ਦਿਆਂਗੇ। ਬਿਲਕੁਲ ਜੀ, ਉਹ ਹੋਇਆ। ਹਾਂਜੀ, ਤੇ ਸਰ ਹੁਣ ਕੀ ਹੈਗਾ, ਜਿਹੜੇ ਜ਼ਿਲ੍ਹਾ ਸਿੱਖਿਆ ਅਫਸਰ ਹੈ ਉਹ ਸ਼ਰਾਰਤਾਂ ਕਰਦੇ ਆ, ਇਹ ਗੌਰਮੈਂਟ ਦੇ ਜਿਹੜੇ ਹੁਕਮ ਨੇ ਇਹ ਪ੍ਰਾਈਵੇਟ ਸਕੂਲਾਂ ਤੱਕ ਪਹੁੰਚਾਏ ਨਹੀਂ। ਹਾਂਜੀ, ਅਸੀਂ 5 ਦਸੰਬਰ ਨੂੰ ਇਹ ਗੱਲ ਐਜੂਕੇਸ਼ਨ ਸੈਕਟਰੀ ਪੰਜਾਬ ਦੇ ਨੇ ਕ੍ਰਿਸ਼ਨ ਕੁਮਾਰ ਹੈ, ਬੜਾ ਵਧੀਆ ਕੰਮ ਕਰ ਰਿਹਾ, ਉਹਨਾਂ ਨੂੰ ਮਿਲੇ। ਹਾਂਜੀ, ਉਹਨਾਂ ਨੂੰ ਕਿਹਾ ਵੀ ਆਹ ਤਾਂ ਹੋ ਨਹੀਂ ਰਿਹਾ, ਸਾਡਾ ਇਹ ਯਤਨ ਹੈ, ਹਾਲੇ ਕਿਤੇ ਮਾਨਤਾ ਤਾਂ ਅਲੱਗ ਜੀ, ਮਾਨਤਾ ਰੱਦ ਤਾਂ ਕਰਨ ਵਾਲੀ ਗੱਲ ਹਲੇ 5 ਸਾਲ ਨੂੰ ਆਊਗੀ। ਹਾਂਜੀ, ਸ਼ਰਾਰਤੀ ਪੰਜਾਬ ਸਰਕਾਰ ਦੇ ਅਫਸਰਾਂ ਨੇ ਪੰਜਾਬ ਸਰਕਾਰ ਦੇ ਆਪਣੇ ਹੁਕਮ ਹਲੇ ਤੱਕ ਪ੍ਰਾਈਵੇਟ ਸਕੂਲਾਂ ਨੂੰ ਪਹੁੰਚਾਏ ਨਹੀਂ, ਲਾਗੂ ਕਰਾਉਣੀ ਗੱਲ ਹੈ, ਤੇ ਸਰ ਅਸੀਂ ਛੱਡਦੇ ਨਹੀਂ। ਹਾਂਜੀ ਹਾਂਜੀ, ਤੇ ਸਰ ਆਪਣਾ ਹੁਣ ਸਮਾਂ ਵੀ ਲਗਭਗ ਨੇੜੇ ਹੋ ਗਿਆ, ਤੇ ਸਰ ਮੈਂ ਐਂਡ ਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਜਿਹੜੇ ਪੰਜਾਬ ਦੇ ਵਿੱਚ ਬੈਠੇ ਕੀ ਮਹਿਸੂਸ ਕਰਦੇ, ਜਿਹੜੇ ਵਿਦੇਸ਼ਾਂ ਦੇ ਵਿੱਚ ਜਿਹੜਾ ਪ੍ਰਵਾਸੀ ਭਾਈਚਾਰਾ ਉਹਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਆ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਦੇ ਲਈ? ਅਸੀਂ ਇਹ ਜਦੋਂ ਕੈਨੇਡਾ ਦੀ ਕਾਨਫਰੰਸ ਵੀ ਗਏ ਸੀ ਉੱਥੇ ਵੀ ਸਾਨੂੰ ਇਹੀ ਸਵਾਲ ਆਇਆ ਸੀ, ਹੁਣ ਵੀ ਆਉਂਦਾ। ਮੈਂ 2 ਗੱਲਾਂ ਅਸੀਂ ਬੇਨਤੀ ਕਰਦੇ ਹਾਂ ਪ੍ਰਵਾਸੀਆਂ ਨੂੰ। ਹਾਂਜੀ, ਇੱਕ ਤਾਂ ਇੱਧਰ ਤੁਹਾਡੇ ਕੋਲ ਸਾਰੇ ਸਾਡੇ ਜਿਹੜੇ ਲੀਡਰ ਨੇ ਹਰ ਪਾਰਟੀ ਦੇ, ਹਾਂਜੀ, ਉਹ ਆਉਂਦੇ ਰਹਿੰਦੇ ਆ। ਬਿਲਕੁਲ ਜੀ, ਉਹਨਾਂ ਨੇ ਜਿਵੇਂ ਹੁਣ ਮੈਂ ਖੁਦ ਸਥਿਤੀ ਦੱਸੀ ਹੈ
ਉਹਨਾਂ ਨੂੰ ਸਿਰਫ ਇਹ ਸਵਾਲ ਕਰਿਓ ਕਿ ਪੰਜਾਬੀ ਲਈ ਤੁਸੀਂ ਪ੍ਰੈਕਟੀਕਲੀ ਕਿਹੜਾ ਕੰਮ ਕੀਤਾ, ਪੰਜਾਬੀ ਦੀ ਤਰੱਕੀ ਤੁਸੀਂ ਕਿਵੇਂ ਕਰ ਰਹੇ ਹੋ। ਬਿਲਕੁਲ, ਉਹਦੇ ਵਿੱਚ ਕਵੀ ਦਰਬਾਰ ਜਿਹੜੀਆਂ ਹੈ, ਵਰਲਡ ਪੰਜਾਬੀ ਕਾਨਫਰੰਸਾਂ ਕੱਢ ਦਿਓ, ਹਾਂਜੀ, ਵੀ ਹੋਰ ਤੁਸੀਂ ਸਕੂਲਾਂ 'ਚ, ਕਾਲਜਾਂ ਦੇ ਵਿੱਚ, ਅਦਾਲਤਾਂ ਦੇ ਵਿੱਚ, ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ, ਵੈਬਸਾਈਟਾਂ ਦੇਖ ਲਓ ਸਾਰੀਆਂ ਅੰਗਰੇਜ਼ੀ 'ਚ ਨੇ, ਹਾਂਜੀ, ਤੁਸੀਂ ਇਹ ਕੀ ਕੀਤਾ। ਬਿਲਕੁਲ, ਇੱਦਾਂ ਹੀ ਜਿਹੜੇ ਲੇਖਕ ਭਰਾ ਸਾਡੇ ਆਉਂਦੇ ਆ, ਹਾਂਜੀ, ਇਹਨਾਂ ਨੂੰ ਤੁਸੀਂ ਬਹੁਤ ਵੱਡੇ ਵੱਡੇ ਸਨਮਾਨ ਦਿੰਦੇ ਹੋ, ਕਾਨਫਰੰਸਾਂ ਕਰਦੇ ਹੋ, ਹਾਂਜੀ, ਇਹੀ ਸਵਾਲ ਉਹਨਾਂ ਨੂੰ ਪੁੱਛਿਓ। ਬਿਲਕੁਲ ਜੀ, ਵੀ ਤੁਸੀਂ ਯੂਨੀਵਰਸਿਟੀਆਂ ਦੇ ਵਿੱਚ ਬਹੁਤ ਕੰਮ ਕੀਤਾ, ਬਹੁਤ ਵੱਡੇ ਵੱਡੇ ਪੰਜਾਬੀ ਦੇ ਸਿਰ ਤੇ ਤੁਸੀਂ ਅਵਾਰਡ ਲੈ ਲਏ, ਤੁਸੀਂ ਸਾਨੂੰ ਗਏ ਆਓ, ਜਾਂ ਕਦੇ ਸਾਡੇ ਆਰਟੀਕਲ ਆਖੋ, ਤੁਸੀਂ ਮੈਨੂੰ ਮੇਲ ਭੇਜ ਦਿਓ ਐਡਰੈਸ, ਹਾਂਜੀ, ਮੈਂ ਤੁਹਾਨੂੰ ਉਹਦੇ ਵਿੱਚ ਸਾਰੇ ਆਰਟੀਕਲ ਭੇਜੂਗਾ, ਜਾਂ ਤੁਸੀਂ ਸਾਡੀ ਵੈਬਸਾਈਟ ਹੈ ਪੰਜਾਬੀ, ਉਹਦੇ ਸਾਰਾ ਕੁਛ ਅਸੀਂ ਪਾਇਆ ਹੈ, ਠੀਕ ਹੈ, ਖੋਲ ਕੇ ਦੇਖ ਲਓ, ਪੁੱਛ ਲਓ ਵੀ ਸਾਡੇ ਤਾਂ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਤਾਂ ਇਹ ਕਹਿੰਦਾ ਵੀ ਪੰਜਾਬੀ ਦਰਸ਼ਕਾਂ ਦੇ ਲਈ, ਪਾਠਕਾਂ ਦੇ ਲਈ, ਸਰੋਤਿਆਂ ਦੇ ਲਈ ਕੱਢਿਆ ਤੁਸੀਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੇਰੇ ਵੱਲੋਂ ਵੀ ਮਿਹਰਬਾਨੀ, ਧੰਨਵਾਦ, ਤੁਸੀਂ ਮੈਨੂੰ ਮੌਕਾ ਦਿੱਤਾ ਦੁਨੀਆ ਭਰ ਚ ਬੈਠੇ ਪੰਜਾਬੀਆਂ ਨੂੰ ਮਾਂ ਬੋਲੀ ਪੰਜਾਬੀ ਦੀ ਸਥਿਤੀ ਬਾਰੇ ਜਾਣੂ ਕਰਾਉਣ ਲਈ, ਬਹੁਤ ਬਹੁਤ ਧੰਨਵਾਦ। ਧੰਨਵਾਦ ਸਰ। ਸੋ ਇਹ ਸਨ ਸਾਡੇ ਨਾਲ ਮਿੱਤਰ ਸੈਨ ਮੀਤ, ਜਿਹੜੇ ਨਾਵਲਕਾਰ ਅਤੇ ਕਾਨੂੰਨੀ ਸਲਾਹਕਾਰ ਵੀ ਨੇ, ਕਾਨੂੰਨ ਦੇ ਫੀਲਡ ਦੇ ਵਿੱਚੋਂ ਉਹਨਾਂ ਨੇ ਆਪਣੀ ਕਾਫੀ ਲੰਬਾ ਸਮਾਂ ਸਰਵਿਸ ਕੀਤੀ ਹੈ, ਅਤੇ ਕਾਫੀ ਉਹਨਾਂ ਦਾ ਇਸ ਵੇਲੇ ਪੰਜਾਬੀ ਪ੍ਰਸਾਰ ਭਾਈਚਾਰਾ, ਉਹਦੇ ਤਹਿਤ ਉਹ ਕਾਨੂੰਨੀ ਘੇਰੇ 'ਚ ਰਹਿ ਕੇ, ਜਾਂ ਕਹਿ ਲਓ ਕਾਨੂੰਨੀ ਲੜਾਈ ਜਿਹੜੀ ਸਰਕਾਰਾਂ ਦੇ ਨਾਲ ਲੜ ਰਹੇ ਨੇ। ਅਤੇ ਉਮੀਦ ਹੈ ਤੁਹਾਨੂੰ ਜਿਹੜੀ ਇਹ ਸਾਡੀ ਗੱਲਬਾਤ ਜ਼ਰੂਰ ਪਸੰਦ ਆਈ ਹੋਵੇਗੀ, ਜੇ ਪਸੰਦ ਆਈ ਹੋਵੇ ਤਾਂ ਜ਼ਰੂਰ ਇਸ ਨੂੰ ਸ਼ੇਅਰ ਜ਼ਰੂਰ ਕਰਨਾ, ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਗੱਲ ਪਹੁੰਚ ਸਕੇ। ਸੋ ਮੇਰੇ ਵੱਲੋਂ ਸਾਰੇ ਹੀ NZ ਪੰਜਾਬੀ ਨਿਊਜ਼ ਅਤੇ ਨਖੀਲਾ ਪੰਜਾਬ TV ਦੀ ਸਾਰੀ ਟੀਮ ਵੱਲੋਂ ਸਮੁੱਚੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ।